ਹੈਲੋ एवरीवन ਅੱਜ ਆਪਾਂ ਗੱਲ ਕਰਾਂਗੇ ਬੇਸਿਕ ਕੰਪਿਊਟਰ ਟਾਪਿਕ ਦੀ ਜੋ ਕੰਪਿਊਟਰ ਕੀ ਹੁੰਦਾ ਹੈ ਉਸ ਦੀ ਫੰਕਸ਼ਨੈਲिटीज ਕੀ ਕੀ ਨੇ ਔਰ ਉਸ ਦੇ ਕੰਪੋਨੈਂਟਸ ਕੀ ਕੀ ਨੇ ਤੇ ਲੋਟ ਮੋਰ ਆਪਾਂ ਇਹਦੇ ਵਿੱਚ ਉਸ ਦੀ ਕਲਾਸੀਫਿਕੇਸ਼ਨ ਦੇਖਾਂਗੇ ਔਰ ਇਨਪੁਟ ਐਂਡ ਆਊਟਪੁਟ ਡਿਵਾਈਸਸ ਕਿਹੜੇ-ਕਿਹੜੇ ਹੁੰਦੇ ਆ ਉਹ ਦੇਖਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਕੰਪਿਊਟਰ ਦੇ ਬਾਰੇ ਜਿਵੇਂ ਕਿ ਤੁਸੀਂ ਪਹਿਲਾਂ ਪਿਛਲੀਆਂ ਕਲਾਸਾਂ ਦੇ ਵਿੱਚ ਪੜ੍ਹਦੇ ਆ ਰਹੇ ਹੋ ਕੰਪਿਊਟਰ ਕੀ ਹੁੰਦਾ ਕਿਉਂਕਿ ਕੰਪਿਊਟਰ ਹਰ ਇੱਕ ਇਨਸਾਨ ਦੇ ਡੇ ਟੂ ਡੇ ਲਾਈਫ ਦੇ ਵਿੱਚ ਇੰਟਰੈਕਟ ਹੁੰਦਾ ਜਿੱਦਾਂ ਕਿ ਤੁਸੀਂ ਆਪਣਾ ਫੋਨ ਵਰਤਦੇ ਹੋ ਨਾਰਮਲ ਮੋਬਾਈਲ ਫੋਨ ਵਰਤਦੇ ਹੋ ਉਹ ਵੀ ਇੱਕ ਕੰਪਿਊਟਰ ਦੀ ਤਰ੍ਹਾਂ ਹੈ ਬਟ ਉਹਦੀ ਸਾਈਜ਼ ਦਾ ਥੋੜਾ ਜਿਹਾ ਡਿਫਰੈਂਸ ਹੈ ਔਰ ਬਾਕੀ ኦਪਰੇਟਿੰਗ ਸਿਸਟਮ ਵੀ ਤੁਹਾਡੇ ਮੋਬਾਈਲ ਦੇ ਵਿੱਚ ਹੁੰਦਾ ਹੈ ਔਰ ਕੰਪਿਊਟਰ ਦੇ ਵਿੱਚ ኦਪਰੇਟਿੰਗ ਸਿਸਟਮ ਹੁੰਦਾ ਹੈ ਤਾਂ ਆਪਾਂ ਦੇਖਦੇ ਹਾਂ ਕੰਪਿਊਟਰ ਕੀ ਹੁੰਦਾ ਬੇਸਿਕਲੀ ਕੰਪਿਊਟਰ ਤੁਹਾਡਾ ਇਟ ਕੰਸਿਸਟ ਆਫ ਸੌਫਟਵੇਅਰ ਐਂਡ ਹਾਰਡਵੇਅਰ ਇਹ ਦੋ ਪਾਰਟਸ ਦਾ ਹਿੱਸਾ ਹੁੰਦਾ ਹੈ ਸੌਫਟਵੇਅਰ ਐਂਡ ਹਾਰਡਵੇਅਰ ਜਿਹੜਾ ਸੌਫਟਵੇਅਰ ਹੁੰਦਾ ਹੈ ਉਹਦੇ ਚਲਾਉਣ ਵਾਸਤੇ ਆਪਾਂ ਨੂੰ ਕੀ ਚਾਹੀਦਾ ਹੈ ਹਾਰਡਵੇਅਰ ਚਾਹੀਦਾ ਹੈ ਤੇ ਜਿਹੜਾ ਹਾਰਡਵੇਅਰ ਹੁੰਦਾ ਉਹਨੂੰ ਚਲਾਉਣ ਵਾਸਤੇ ਆਪਾਂ ਨੂੰ ਕੀ ਚਾਹੀਦਾ ਇੱਕ ਪਰਟੀਕੂਲਰ ਸੌਫਟਵੇਅਰ ਚਾਹੀਦਾ ਹੈ ਇਹ ਇਕੱਲੇ-ਇਕੱਲੇ ਜਿਵੇਂ ਸੌਫਟਵੇਅਰ ਜਾਂ ਹਾਰਡਵੇਅਰ ਇਕੱਲੇ ਇਹ ਇਕੱਲੇ ਕੁਝ ਨਹੀਂ ਕਰ ਸਕਦੇ ਇਹ ਦੋਨੇ ਕਨਸਿਸਟ ਕਨਸਿਸਟ ਹੁੰਦੇ ਆ ਕੰਪਿਊਟਰ ਨੂੰ ਚਲਾਉਣ ਵਾਸਤੇ ਠੀਕ ਹੈ ਇਸ ਤੋਂ ਬਾਅਦ ਕੀ ਹੈ ਤੁਹਾਡੇ ਕੰਪਿਊਟਰ ਇਸ ਐਂਡ ਇਲੈਕਟ੍ਰੋਨਿਕ ਡਿਵਾਈਸ ऑपरेटिंग अंडर द कंट्रोल ऑफ इंस्ट्रक्शंस स्टोर्ड इन इट्स ओन मेमोरी दैट कैन एक्सेप्ट डेटा प्रोसेस द डेटा अकॉर्डिंग टू स्पेसिफाइड रूल्स मीन टू से केंदा ਭਾਪ ਕੀ ਇਹ ਕੰਪਿਊਟਰ ਕੀ ਹੈ ਤੁਹਾਡਾ ਇਨਸਟਰਕਸ਼ਨਾਂ ਤੇ ਥਰੂ ਚੱਲਦਾ ਜਿੱਦਾਂ ਹੀ ਤੁਸੀਂ ਕੰਪਿਊਟਰ ਨੂੰ ਇਨਸਟਰਕਸ਼ਨ ਦਿਓਗੇ ਕੰਪਿਊਟਰ ਉਦਾਂ ਹੀ ਵਰਕ ਕਰੇਗਾ ਅਗਰ ਤੁਸੀਂ ਨੂੰ ਐਡ ਦੀ ਇਨਸਟਰਕਸ਼ਨ ਦਿਓਗੇ ਉਹ ਐਡ ਕਰੇਗਾ ਅਗਰ ਤੁਸੀਂ ਨੂੰ ਮਲਟੀਪਲਾਈ ਇਨਸਟਰਕਸ਼ਨ ਦਿਓਗੇ ਉਹ ਮਲਟੀਪਲਾਈ ਕਰੇਗਾ ਠੀਕ ਹੈ ਇਹਦੇ ਵਿੱਚ ਤੁਹਾਡਾ ਕੀ ਹੈ ਮੇਨ ਬੇਸਿਕ ਤੁਹਾਡਾ ਕਨਸੈਪਟ ਕੀ ਹੈ ਕੰਪਿਊਟਰ ਇਨਪੁਟ ਲੈਂਦਾ ਥਰੂ ਇਨਪੁਟ ਡਿਵਾਈਸਸ ਥੈਨ ਉਸ ਨੂੰ ਕੀ ਕਰਦਾ ਮੈਨਿਪੂਲੇਟ ਕਰਦਾ ਹੈ ਮੈਨਿਪੂਲੇਟ ਕੰਨ ਕਰਦਾ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਦੁਬਾਰਾ ਫਿਰ ਮੈਂ ਰਿਪੀਟ ਕਰਦਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਜੋ ਕਿ ਇਸ ਦਾ ਅਰਥਮੈਟਿਕ ਲੌਜੀਕਲ ਯੂਨਿਟ ਹੁੰਦਾ ਹੈ ਉਸ ਦੇ ਵਿੱਚ ਕੀ ਐਡਿਸ਼ਨ ਮਲਟੀਪਲੀਕੇਸ਼ਨ ਜੋ ਤੁਸੀਂ ਕੋਈ ਵੀ ਕੈਲਕੂਲੇਸ਼ਨ ਦਾ ਕੰਮ ਕਰਨਾ ਉਹ ਕਰੇਗਾ ਤੇ ਜੋ ਉਸ ਦੀ ਆਉਟਪੁੱਟ ਜੋ ਹੋਏਗੀ ਉਹ ਆਉਟਪੁੱਟ ਤੁਹਾਨੂੰ ਕਿੱਥੇ ਸ਼ੋ ਕਰੇਗੀ ਥਰੂ ਕਰੇਗਾ ਆਉਟਪੁੱਟ ਡਿਵਾਈਸਸ ਦੀ ਠੀਕ ਹੈ ਜੀ ਇਹ ਕੰਬੀਨੇਸ਼ਨ ਹੈ ਸੌਫਟਵੇਅਰ ਐਂਡ ਹਾਰਡਵੇਅਰ ਦਾ ਇੰਟਰੈਕਟ ਕੀਂਦਾ ਇਹਦੇ ਠੀਕ ਹੈ ਜੀ ਹੁਣ ਆਪਾਂ ਫੰਕਸ਼ਨੈਲਿਟੀ ਦੀ ਗੱਲ ਕਰਦੇ ਹਾਂ ਕੀ ਫੰਕਸ਼ਨੈਲਿਟੀ ਹੁੰਦੀ ਹੈ ਕੰਪਿਊਟਰ ਦੀ ਫਸਟ ਆਫ ਆਲ ਟੇਕਸ ਡਾਟਾ ਐਜ਼ ਇਨਪੁਟ ਹੁਣ ਆਪਾਂ ਨੂੰ ਪਤਾ ਹੈ ਕੰਪਿਊਟਰ ਕੀ ਹੈ ਜੇ ਆਪਾਂ ਕੋ ਨੂੰ ਇਨਪੁਟ ਨਹੀਂ ਦਵਾਗੇ ਤਾਂ ਉਹ ਕੰਮ ਕਿਵੇਂ ਕਰੇਗਾ ਠੀਕ ਹੈ ਨਾ ਕੰਪਿਊਟਰ ਤਾਂ ਹਮੇਸ਼ਾ ਇਨਸਟਰਕਸ਼ਨ ਤੇ ਚੱਲਦਾ ਹੈ ਠੀਕ ਹੈ ਜੀ ਦੂਸਰਾ ਕੀ ਹੈ ਸਟੋਰ ਦਾ ਡਾਟਾ ਇਨਸਟਰਕਸ਼ਨ ਇਨ ਇਟਸ ਮੈਮਰੀ ਐਂਡ ਯੂਜ਼ ਥੈਮ ਵੈਨ ਰਿਕੁਆਇਰਡ ਹੁਣ ਕੀ ਦੇਖੋ ਡਾਟਾ ਤੇ ਇਨਸਟਰਕਸ਼ਨ ਦੋਨੋਂ ਡਿਫਰੈਂਟ ਡਿਫਰੈਂਟ ਹੁੰਦੇ ਨੇ ਇਨਸਟਰਕਸ਼ਨ ਕੀ ਹੋਗੀ ਤੁਹਾਡੀ ਜਾਂ ਦਾ ਤੁਸੀਂ ਐਡ ਕਿਸਤੇ ਕਰਾਣਾ ਹੈ ਡਾਟਾ ਡਾਟਾ ਕਿਉਂ ਤੁਹਾਡਾ ਕਿਸਤੇ ਤੁਸੀਂ ਮੈਨੀਪੂਲੇਸ਼ਨ ਕਰਾਣੀ ਹੈ ਤੇ ਇਨਸਟਰਕਸ਼ਨ ਕੀ ਤੁਸੀਂ ਕੀ ਕਰਾਣਾ ਠੀਕ ਹੈ ਜੀ ਬੈਨ ਰਿਕੁਆਇਰਡ ਜਦੋਂ ਤੁਹਾਨੂੰ ਇਸ ਦੀ ਜਰੂਰਤ ਹੋਵੇਗੀ ਨੈਕਸਟ ਵਨ ਕੀ ਪ੍ਰੋਸੈਸਸਸ ਦਾ ਡਾਟਾ ਐਂਡ ਕਨਵਰਟਸ ਇਟ ਇੰਟੂ ਯੂਸਫੁਲ ਇਨਫੋਰਮੇਸ਼ਨ ਜਦੋਂ ਤੁਸੀਂ ਕੋਈ ਡਾਟਾ ਐਂਟਰ ਕਰਦੇ ਹੋ ਥਰੂ ਇਨਪੁਟ ਡਿਵਾਈਸਸ ਤਾਂ ਦੈਨ ਕੀ ਉਹ ਮੈਨੂਪਲੇਟ ਕਰੇਗਾ ਕਿਦੇ ਵਿੱਚ ਮੈਨੂਪਲੇਟ ਕਰੇਗਾ ਤੁਸੀਂ ਉਸ ਨੂੰ ਇਨਸਟਰਕਸ਼ਨ ਦਿੰਨੇ ਹੋ ਉਸ ਟਾਈਮ ਵੀ a a b ਠੀਕ ਹੈ ਇਸ ਇਕੁਅਲ ਟੂ ਸੀ ਜਾਂ ਕੁਝ ਵੀ ਸਮਥਿੰਗ ਕੁਝ ਵੀ ਤੁਸੀਂ ਦਿਓਗੇ ਇਨਸਟਰਕਸ਼ਨ ਉਸ ਤੇ ਵਰਕ ਕਰੇਗਾ ਠੀਕ ਹੈ ਜੀ ਜਨਰੇਟਸ ਦਾ ਆਉਟਪੁੱਟ ਸੈਂਟਰਲ ਪ੍ਰੋਸੈਸਿੰਗ ਯੂਨਿਟ ਤੁਹਾਡਾ ਉਸ ਤੇ ਮੈਨਿਪੂਲੇਟ ਕਰਕੇ ਤੁਹਾਨੂੰ ਆਉਟਪੁੱਟ ਕਿੱਥੇ ਜਨਰੇਟ ਕਰੇਗਾ ਆਉਟਪੁੱਟ ਵਾਸੀ ਕੰਟਰੋਲ ਆਲ ਅਬੋਵ ਦਾ ਫੋਰ ਸਟੈਪਸ ਮੀਨ ਟੂ ਸੇ ਕਿ ਤੁਹਾਡਾ ਫਸਟ ਆਫ ਅਲ ਤੁਸੀਂ ਡਾਇਗਰਾਮ ਚ ਦੇਖ ਰਹੇ ਹੋ ਡਾਟਾ ਇਸ ਤੋਂ ਬਾਅਦ ਵੀ ਪ੍ਰੋਸੈਸਿੰਗ ਹੁੰਦੀ ਹੈ ਕੌਣ ਕਰਦਾ ਹੈ ਸੈਂਟਰਲ ਪ੍ਰੋਸੈਸਿੰਗ ਥੈਨ ਇਨਫੋਰਮੇਸ਼ਨ ਜਿਹੜੀ ਤੁਹਾਡੀ ਯੂਸਫੁਲ ਇਨਫੋਰਮੇਸ਼ਨ ਜਿਹੜੀ ਤੁਸੀਂ ਰਿਜ਼ਲਟ ਲੈਣਾ ਚਾਹੁੰਦੇ ਹੋ ਠ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕੰਪਿਊਟਰ ਦੇ ਕੰਪੋਨੈਂਟਸ ਤੋਂ ਇੱਕ ਹਾਰਡਵੇਅਰ ਹੁੰਦਾ ਏ ਤੁਹਾਡਾ ਇੱਕ ਸੌਫਟਵੇਅਰ ਹੁੰਦਾ ਹਾਰਡਵੇਅਰ ਚ ਤੁਹਾਡਾ ਜਿਵੇਂ ਕੀ ਹੋ ਗਿਆ ਤੁਹਾਡਾ ਸਚ ਐਸ ਮੋਨੀਟਰ ਮਾਊਸ ਕੀਬੋਰਡ ਕੰਪਿਊਟਰ ਡਾਟਾ ਸਟੋਰੇਜ ਹਾਰਡ ਡਰਾਈਵ ਡਿਸਕ ਐਚ ਡੀ ਡੀ ਵੀ ਕਹਿੰਦੇ ਠੀਕ ਹੈ ਜੀ ਇਹਨੂੰ ਠੀਕ ਹੈ ਜੀ ਅ ਸਿਸਟਮ ਜਿਹਨੂੰ ਟੂ ਗ੍ਰਾਫਿਕ ਕਾਰਡ ਸਾਊਂਡ ਕਾਰਡਸ ਮੈਮਰੀ ਮਦਰ ਬੋਰਡ ਐਂਡ ਚਿੱਪਸ ਆ ਹਾਰਡਵੇਅਰ ਕੀ ਨੇ ਜਿਨ੍ਹਾਂ ਨੂੰ ਆਪਾਂ ਟੱਚ ਕਰ ਸਕਦੇ ਹਾਂ ਛੂ ਸਕਦੇ ਹਾਂ ਠੀਕ ਹੈ ਜਿਹੜੇ ਕਿ ਪ੍ਰੈਜ਼ੈਂਟਲੀ ਐਡਜਸਟ ਨਹੀਂ ਠੀਕ ਹੈ ਜਿਹਨੂੰ ਆਪਾਂ ਦੇਖ ਸਕਦੇ ਆ ਉਹ ਤੁਹਾਡੇ ਹੋਗੇ ਹਾਰਡਵੇਅਰ ਫਿਜ਼ੀਕਲ ਹੁੰਦੇ ਜਿਹੜੇ ਐਗਜ਼ਿਸਟੈਂਸ ਹੋ ਰਹੀ ਹੈ ਜੀ ਠੀਕ ਹੈ ਜੀ ਥੈਨ ਆਪਾਂ ਗੱਲ ਕਰਾਂਗੇ ਤੁਹਾਡੀ ਇਨਪੁਟ ਡਿਵਾਈਸਸ ਇਸ ਤੋਂ ਪਹਿਲਾਂ ਆਪਾਂ ਹਾਰਡਵੇਅਰ ਡਿਵਾਈਸਸ ਹਾਰਡਵੇਅਰ ਡਿਵਾਈਸਸ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਸੌਫਟਵੇਅਰ ਸੌਫਟਵੇਅਰ ਕੀ ਹੈ ਤੁਹਾਡਾ ਬੇਸਿਕਲੀ ਆਪਾਂ ਅੱਗੇ ਵੀ ਗੱਲ ਕਰਾਂਗੇ ਸੌਫਟਵੇਅਰ ਬਟ ਆਪਾਂ ਇਸ ਤੇ ਹੁਣ ਥੋੜਾ ਜਿਹਾ ਗੌਰ ਕਰ ਲਈਏ ਸੌਫਟਵੇਅਰ ਕੀ ਹੈ ਸੌਫਟਵੇਅਰ ਚ ਕੀ ਤੁਹਾਡਾ ਸੈਟ ਆਫ ਪ੍ਰੋਗਰਾਮਸ ਹੁੰਦੇ ਆ ਠੀਕ ਹੈ ਜੀ ਇਹਨੂੰ ਕੀ ਲੋਡ ਪੈਂਦੀ ਹੈ ਕਿਸੇ ኦਪਰੇਟਿੰਗ ਸਿਸਟਮ ਦੀ ਲੋਡ ਪੈਂਦੀ ਹੈ ਲਾਈਕ ਜੇ ਤੁਸੀਂ ਐਗਜ਼ਾਮਪਲ ਲੈ ਕੇ ਚੱਲੋ ਇੱਕ ਮੇਜ਼ ਹੈ ਠੀਕ ਹੈ ਮੇਜ਼ ਉੱਤੇ ਆਪਾਂ ਕੁਝ ਰੱਖਾਂਗੇ ਕੋਈ ਵੀ ਚੀਜ਼ ਰੱਖ ਲਓ ਮੋਬਾਈਲ ਰੱਖ ਲਓ ਤਾਂ ਆਪਰੇਟ ਕੌਣ ਕਰ ਰਿਹਾ ਹੈ ਤੁਹਾਡਾ ਸਪੋਜ਼ ਕਰੋ ਤੁਸੀਂ ਤੁਹਾਡਾ ਮੋਬਾਈਲ ਇੱਕ ਸੌਫਟਵੇਅਰ ਹੈ ਠੀਕ ਹੈ ਤੇ ਮੇਜ਼ ਕੀ ਤੁਹਾਡਾ ਇੱਕ ኦਪਰੇਟਿੰਗ ਸਿਸਟਮ ਠੀਕ ਹੈ ਉਹਨੂੰ ਰੱਖਣ ਵਾਸਤੇ ਆਪਾਂ ਨੂੰ ਲੋਡ ਪੈਗੀ ਨਾ ਉਹੀ ਕੰਮ ਤੁਹਾਡਾ ኦਪਰੇਟਿੰਗ ਸਿਸਟਮ ਕਰਦਾ ਹੈ कंप्यूटर ठीक है जी इनपुट डिवाइसिज इनपुट डिवाइसिज कहे होंगे लाइक कीबोर्ड नोमैरिक की ठीक है जी पॉइंटिंग डिवाइस रिमोट कंट्रोल जोइ स्टिक टच स्क्रीन स्कैनर ग्राफिक टैबलेट माइक्रोफोन डिजिटल कैमरा बैबकैम एंड लाइटपैन दीज आर द इनपुट डिवाइसिज इन थ्रू आप कर साटा एंटर कर सी है जी लॉटमोर ने अपने एग्जाम्पल्स देखो किन्ने इनपुट डिवाइस इन्होंने चंगी तरह एक बार देख सकते हो ठीक है जी हम अभी गल करते हैं आप सेंट्रल प्रोसैसिंग यूनिट सेंटर प्रोसैसिंग यूनिट का मेन काम किया है की जू इज़ ए ब्रेन ऑफ कंप्यूटर इट रिसपांबल फॉर ऑल द फंक्शन एंड प्रोसैसें रिगार्डिंग कंप्यूटिंग पॉवर द सपी जू इज़ द मोस्ट इंपोर्टेंट एलीमेंट ऑफ द कंप्यूटर सिस्टम ए सेंट्रल प्रोसैसिंग यूनिट है ब्रेन हों कप्यूटर का इट रिसपॉसिबल फॉर द ऑल द फंक्शन क्योंकि इन्हें की काम करना होंगे मैनुकुलेट करना हूं जो भी तुम इंसट्रक्शन देने उसमें मेनुकुलेट करना मतलब इन टू से ਪਰ ਸੈ ਰਿਸਪੌਂਸਿਬਲ ਹੁੰਦਾ ਤੁਹਾਡੀ ਆਉਟਪੁੱਟ ਦਾ ਜਿਹੋ ਜੀ ਤੁਸੀਂ ਇਨਪੁੱਟ ਦੇਵੋਗੇ ਜੀ ਤੁਹਾਡੇ ਉਹ ਆਉਟਪੁੱਟ ਜਨਰੇਟ ਕਰੇਗਾ ਇਸ ਦੇ ਕੰਪੋਨੈਂਟਸ ਕਿਹੜੇ ਮੈਂ ਤੁਹਾਨੂੰ ਦੱਸਾਂ ਸੇ ALU ਅਰਥਮੈਟਿਕ ਲੌਜੀਕ ਜਿਹਦੇ ਵਿੱਚ ਕੀ ਹੈ ਤੁਹਾਡੀ ਐਡੀਸ਼ਨਸ ਮਲਟੀਪਲੀਕੇਸ਼ਨ ਕੈਲਕੂਲੇਸ਼ਨ ਦਾ ਸਾਰਾ ਕੰਮ ਤੁਹਾਡਾ ਕੀ ਸਾਹਮ ਦਾ ਅਰਥਮੈਟਿਕ ਲੌਜੀਕਲ ਯੂਨਿਟ ਇਹਦੇ ਵਿੱਚ ਦੇਖੋ ਅਰਥਮੈਟਿਕ ਕੈਲਕੂਲੇਸ਼ਨ ਲਾਈਕ ਐਸ ਐਡੀਸ਼ਨ ਸਬਟ੍ਰੈਕਸ਼ਨ ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਠੀਕ ਹੈ ਜੀ ਇਹ ਤੁਹਾਡਾ ਅਰਥਮੈਟਿਕ ਲੌਜੀਕਲ ਯੂਨਿਟ ਸੈਕੰਡ ਵਨ ਕੀ ਹੈ ਤਾਂ ਕੰਟਰੋਲ ਯੂਨਿਟ ਕੰਟਰੋਲ ਯੂਨਿਟ ਕੀ ਕਰਦਾ ਤੁਹਾਡਾ ਕੰਟਰੋਲਸ ਕਰਦਾ ਸਾਰੇ ਫੰਕਸ਼ਨਸ ਐਂਡ ਕੋਆਰਡੀਨੇਟਸ ਆ ਕੰਪਿਊਟਰ ਕੰਪੋਨੈਂਟਸ ਰੀਡ ਦਾ ਕੋਡ ਫਾਰ ਦੀ ਨੈਕਸਟ ਇੰਸਟਰਕਸ਼ਨ ਟੂ ਬੀ ਐਗਜ਼ੀਕਿਊਟਡ ਇਨਕਰੀਮੈਂਟ ਦਾ ਪ੍ਰੋਗਰਾਮ ਕਾਊਂਟਰ ਟੂ ਇਟਸ ਪੁਆਇੰਟ ਟੂ ਦਾ ਨੈਕਸਟ ਇੰਸਟਰਕਸ਼ਨ ਕੰਟਰੋਲ ਯੂਨਿਟ ਕੀ ਕਰਦਾ ਹੈ ਵੀ ਇਹਨੂੰ ਇਹ ਦੇਖਦਾ ਹੈ ਵੀ ਤੁਸੀਂ ਕਿਹੜਾ ਡਾਟਾ ਦਿੱਤਾ ਉਹਨੂੰ ਤੇ ਕੀ ਇੰਸਟਰਕਸ਼ਨ ਵਾਸਤੇ ਦਿੱਤਾ ਤੇ ਇਹ ਡਾਟਾ ਕਿੱਥੇ ਸ਼ੋਅ ਕਰਨਾ ਹੈ ਠੀਕ ਹੈ ਤੇ ਇਹ ਜਿਹੜਾ ਟੂ ਮੈਨਿਪੂਲੇਟ ਕਰਕੇ ਸੀਪੀਯੂ ਮੈਨਿਪੂਲੇਟ ਕਰਕੇ ਕਿੱਥੇ ਉਹਨੂੰ ਅੱਗੇ भेजेगा ठीक है जी इफ द इंस्ट्रक्शन रिक्वायर द वैल्यू और स्पेशल राइट हार्डवेयर टू कंप्लीट इंस्ट्रक्ट द हार्डवेयर टू परफॉर्म द रिक्वेस्टेड ऑपरेशन ठीक है जी इस बार रजिस्टर रजिस्टर ਕਾਦੇ ਵਾਸਤੇ ਯੂਜ਼ ਹੁੰਦੇ ਆ ਜੀ ਇਹ ਹੁੰਦੇ ਤੁਹਾਡੇ ਸਟੋਰੇਜ ਵਾਸਤੇ ਠੀਕ ਹੈ ਜੀ ਸਟੋਰੇਜ ਵਾਸਤੇ ਹੁੰਦੇ ਆ ਵੈਰੀ ਫਾਸਟਰ ایرিয়া ਹੁੰਦਾ ਹੈ ਇਹਦੀ ਜਿਹੜੀ ਕਪੈਸਿਟੀ ਬਹੁਤ ਘੱਟ ਹੁੰਦੀ ਹੈ ਬਟ ਇਹਦੀ ਸਪੀਡ ਜਿਹੜੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਹੁੰਦੀ ਹੈ ਆਪਾਂ ਅੱਗੇ ਮੈਮਰੀ ਹਾਇਰਾਰਕੀ ਕਰਾਂਗੇ ਉਸ ਦੇ ਵਿੱਚ ਇਸ ਨੂੰ ਡਿਟੇਲ ਦੇ ਵਿੱਚ ਦੇਖਾਂਗੇ ਵੀ ਐਕਚੁਅਲੀ ਰਜਿਸਟਰਸ ਕੀ ਹੁੰਦੇ ਆ ਠੀਕ ਹੈ ਜੀ हूँ ये की है बेसिक कंसैप्ट आप थोड़े जे पढ़ रहे हैं प्राइमरी मैमरी हो गया मैमरी तो 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 देख रहे हैं मैमरी की है तो ये कंप्यूटर थोड़ी दो मैमरी नहीं प्रायमरी मैमरी अदरव सैकेंडरी मैमरीज प्राइमरी मैमरी की आ जाएगा रैंडम एक्सैस मैमरी हम रेंडम एक्सैस मैमरी की आप देख रहे हैं रैंडम एक्सैस मैमरीज़ ए मैमरी स्कीम विदन द कंप्यूटर सिस्टम रिसपोंसिबल फॉर स्टोरिंग डेटा ऑन ए टेंपरी बेसिस so that it can be properly accessed by the processor as and when needed it is volatile in nature volatile ਕਹਿੰਦਾ ਭਾਵ ਕੀ ਹੈ ਤੁਹਾਡੀ ਜਦੋਂ ਤੁਸੀਂ ਇੱਕ ਕੰਮ ਕਰਦੇ ਹੋ ਰੈਮ ਦੇ ਵਿੱਚ ਕੰਪਿਊਟਰ ਦੇ ਵਿੱਚ ਸਪੋਜ਼ ਕੋਈ ਲਾਈਟ ਚਲੀ ਜਾਂਦੀ ਹੈ ਤਾਂ ਉਹ ਤੁਹਾਡੀ ਜਿਹੜੀ ਮੈਮਰੀ ਹੁੰਦੀ ਹੈ ਉਹਦੇ ਵਿੱਚ ਰੈਮ ਦਾ ਤੁਸੀਂ ਕੰਮ ਕਰ ਰਹੇ ਹੋ ਸਟੋਰੇਜ ਦਾ ਕੰਮ ਕਰ ਰਹੇ ਹੋ ਤਾਂ ਆਟੋਮੈਟਿਕਲੀ ਉਹ ਅਰੇਜ਼ ਹੋ ਜਾਂਦੀ ਹੈ ਠੀਕ ਹੈ ਜੀ ਵਿਚ ਮੀਨਸ ਦਾ ਡਾਟਾ ਵਿਲ ਬੀ ਅਰੇਜ਼ਡ ਵਾਂਸ ਸਪਲਾਈ ਟੂ ਸਟੋਰੇਜ ਵਾਈਸ ਇਸ ਟਰਨ ਆਫ ਰੈਮ RAM store data randomly and the process access these data randomly from the RAM suppose uh, RAM ਦਾ ਤੁਸੀਂ ਦੇਖੋਗੇ ਆਪਾਂ ਦੇਖਦੇ ਆਂ ਵੀ 4 GB RAM ਜਾਂ 2 GB RAM ਹੁਣ ਤਾਂ DDR4 RAM ਚੱਲਣ ਲੱਗੀ ਪਹਿਲੇ DDR3 RAM ਸੀ ਇਹਦਾ ਮਤਲਬ ਕੀ ਹੈ RAM ਤੁਹਾਡੀ ਮੇਨ ਪਾਰਟ ਹੁੰਦਾ ਤੁਹਾਡੇ ਕੰਪਿਊਟਰ ਦਾ ਜਾਂ ਤੁਹਾਡੇ ਮੋਬਾਈਲ ਦਾ ਠੀਕ ਹੈ ਅਗਰ ਤੁਸੀਂ ਜਿੰਨੀ ਕੈਪੈਸਿਟੀ ਦੇ ਵਿੱਚ ਤੁਸੀਂ ਹਾਈ ਰੈਮ ਯੂਜ਼ ਕਰੋਗੇ 8GB ਰੈਮ ਕਰੋਗੇ ਤਾਂ ਉਹਦੇ ਵਿੱਚ ਲੋਟ ਆਫ ਫੰਕਸ਼ਨ ਤੁਸੀਂ ਇੰਸਟਾਲ ਕਰ ਸਕੋਗੇ ਲੋਟ ਆਫ ਐਪਲੀਕੇਸ਼ਨ ਤੁਸੀਂ ਸੌਫਟਵੇਅਰ ਇੰਸਟਾਲ ਕਰ ਸਕੋ ਜਿੰਨੀ ਜ਼ਿਆਦਾ ਤੁਹਾਡੀ ਰੈਮ ਹੋਏਗੀ ਓਨੀ ਤੁਹਾਡੇ ਕੰਪਿਊਟਰ ਦੀ ਹਾਈ ਸਪੀਡ ਹੋਏਗੀ ਅੱਛਾ ਜੀ ਦੂਸਰਾ ਹੈ ਰੀਡ-ਓਨਲੀ ਮੈਮਰੀ ਰੀਡ-ਓਨਲੀ ਮੈਮਰੀ ਹਮੇਸ਼ਾ ਪਰਮਾਨੈਂਟ ਹੁੰਦੀ ਹੈ ਫਰਮ ਸਟੋਰੇ ਰੋਮ ਸਟੇ ਐਕਟਿਵ ਰਿਗਾਰਡਲੈਸ ਆਫ ਵੈਦਰ ਪਾਵਰ ਸਪਲਾਈ ਇਟਸ ਟਰਨ ਆਨ ਇਹਦੇ ਨਾਲ ਕੀ ਹੈ ਤੁਹਾਡਾ ਲਾਈਟ ਚਲੀ ਜਾਏ ਸਪਲਾਈ ਤੁਹਾਡੀ ਡਿਸਕਨੈਕਟ ਹੋ ਜੇ ਕੋਈ ਦਿੱਕਤ ਨਹੀਂ ਤੁਹਾਡਾ ਜੋ ਡਾਟਾ ਹੈ ਉਹ ਸੇਵ ਰਹੇਗਾ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਹਾਂ ਸੈਕੰਡਰੀ ਮੈਮਰੀ ਸੈਕੰਡਰੀ ਮੈਮਰੀ ਤੁਹਾਡੀ ਕਿਹੜੀ ਹੁੰਦੀ ਆ ਹਾਰਡ ਡਰਾਈਵ ਜਿਵੇਂ ਜਿਸ ਵਿੱਚ ਤੁਸੀਂ ਡਰਾਈਵ ਡਿਸਕ ਡਰਾਈਵ ਜਿਹਦੇ ਵਿੱਚ ਤੁਸੀਂ ਡਾਟਾ ਸਟੋਰ ਕਰਦੇ ਹੋ ਠੀਕ ਹੈ ਆਪਟੀਕਲ ਆਪਟੀਕਲ ਡਿਸਕ ਹੋਗੀ ਤੁਹਾਡੀ ਜਾਂ ਤੁਸੀਂ ਐਕਸਟਰਨਲ ਡਿਸਕ ਲਗਾ ਲੈਨੇ ਹੋ ਡੀਵੀਡੀ ਹੋ ਗਿਆ ਬਲੂਰੇ ਡਿਸਕ ਹੋਗੀ ਠੀਕ ਹੈ ਜੀ ਫਰੋਪੀ ਡਿਸਕ ਹੋਗੀ ਇਹਨਾਂ ਦੀਆਂ ਜਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ ਵੀ ਇਹ ਡੀਵੀਡੀ ਐਨੇ ਤੱਕ ਸਟੋਰ ਕਰੇਗੀ ਉਹ ਔਰ ਅਕੋਰਡਿੰਗ ਟੂ ਯੂਜ਼ਰ ਦੀ ਇੰਡੀਅ ਯੂਜ਼ਰ ਨੂੰ ਕਿਹੜੀ ਅੱਛੀ ਲੱਗਦੀ ਹੈ ਯੂਜ਼ਰ ਦੀ ਕਿੰਨੀ ਕੁ ਲੋਡ ਹੈ ਉਸ ਹਿਸਾਬ ਨਾਲ ਯੂਜ਼ ਕਰਦੇ ਆ ਠੀਕ ਹੈ ਜੀ ਨੈਕਸਟ ਆ ਜੀ ਫਲੈਸ਼ ਡਿਸਕ ਇਹ ਸਾਰੀਆਂ ਜਿਹੜੀਆਂ ਨੇ ਇਹ ਤੁਹਾਡੇ ਸੈਕੰਡਰੀ ਸਟੋਰੇਜ ਵੈਸੇ ਸੈਕੰਡਰੀ ਦਾ ਮਤਲਬ ਤੁਸੀਂ ਜ਼ਿਆਦਾ ਕੰਮ ਕਰਨਾ ਮਤਲਬ ਤੁਸੀਂ ਡਾਟਾ ਸਟੋਰ ਜ਼ਿਆਦਾ ਕਰਨਾ ਤੁਸੀਂ ਐਕਸਟਰਨਲ ਵੀ ਉਸ ਨਾਲ ਅਟੈਚ ਕਰ ਸਕਦੇ ਹੋ ਜਾਂ ਤੁਸੀਂ ਜਿਹੜੇ ਵਿੱਚ ਆਂਦੀ ਆ ਦੀ ਜਿਵੇਂ ਤੁਸੀਂ 4 ਜੀਬੀ ਰੈਮ ਜਾਂ 500 ਜੀਬੀ ਹਾਰਡ ਡਿਸਕ ਆ ਲੈ ਲਿਆ ਉਦਾਂ ਵੀ ਤੁਸੀਂ ਉਸ ਨੂੰ ਚਲਾ ਸਕਦੇ ਹੋ ਠੀਕ ਹੈ

जिथे कि तो इनपुट आउटपुट तो शो हूँ लाइक है सीआर टी मोनीटर टी एफ ट मोनीटर लेज़र प्रिंटर जितों के आउटपुट एक्चुअल आउटपुट पता लगती है जिम्मे प्रिंटर तो आप प्रिंट लैने ठीक है आउटपुट ही है आप लो आप कोई प्रिंटर तो कमांड लैनी है आ, कमांड देनी है कंप्यूटर भी इस चीज़ को प्रिंट कर ठीक है वह प्रिंट होकर तुम कितों रिसव करोगे प्रिंटर तो करो दीज़ आर द आउटपुट डिवाइसिस जितों के आप आउटपुट प्राप्त करते हैं लाइक एल सी डी ठीक है जी स्पीकर जितों आप आवाज़ सुन रहे हैं ਠੀਕ ਹੈ ਜੀ ਪ੍ਰਿੰਟਰਸ ਦਾ ਤੁਹਾਨੂੰ ਪਤਾ ਹੀ ਹੈ ਮੋਨੀਟਰਸ ਹੋਗੇ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਆਂ ਸੌਫਟਵੇਅਰ ਦੀ ਤਾਂ ਸੌਫਟਵੇਅਰ ਤੁਹਾਡਾ ਕੀ ਹੁੰਦਾ ਹੈ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਸੌਫਟਵੇਅਰ ਇਜ਼ ਆ ਕੰਸਿਸਟ ਆਫ ਜਾਂ ਸੈਟ ਆਫ ਪ੍ਰੋਗਰਾਮਸ ਠੀਕ ਹੈ ਜੀ ਇਹਦੇ ਵਿੱਚ ਤੁਹਾਡੇ ਡਾਟਾ ਐਂਡ ਇਨਸਟਰਕਸ਼ਨ ਬ੍ਰੋਕਨ ਇਨਟੂ ਟੂ ਮੇਜਰ ਕੈਟਾਗਰੀਜ਼ ਸੌਫਟਵੇਅਰ ਹਮੇਸ਼ਾ ਤੁਹਾਡੇ ਦੋ ਕਿਸਮ ਦੇ ਹੁੰਦੇ ਆ ਸਿਸਟਮ ਸੌਫਟਵੇਅਰ ਦੈਟ ਇਜ਼ ਪ੍ਰੋਵਾਈਡ ਦਾ ਬੇਸਿਕ ਨੋਨ ਟਾਸਕ ਸਪੈਸੀਫਿਕ ਫੰਕਸ਼ਨ ਆਫ ਦੀ ਕੰਪਿਊਟਰ ਦੂਸਰਾ ਹੁੰਦਾ ਐਪਲੀਕੇਸ਼ਨ ਸੌਫਟਵੇਅਰ ਹੁਣ ਇਹਦੇ ਵਿੱਚ ਸੌਫਟਵੇਅਰ ਚ ਆਪਾਂ ਨੂੰ ਜਦੋਂ ਪਤਾ ਲੱਗ ਗਿਆ ਵੀ ਸੈਟ ਆਫ ਪ੍ਰੋਗਰਾਮਸ ਹੁੰਦੇ ਆ ਤਾਂ ਇਹਦੇ ਵਿੱਚ ਆਪਾਂ ਨੂੰ ਕਲਾਸੀਫਿਕੇਸ਼ਨ ਕਰਨੀ ਪੈਗੀ ਕਲੀਅਰ ਕਰਨਾ ਪੈਗਾ ਤੁਹਾਡੇ ਦੋ ਕਿਸਮ ਦੇ ਹੁੰਦੇ ਆ ਸਿਸਟਮ ਸੌਫਟਵੇਅਰ ਤੇ ਐਪਲੀਕੇਸ਼ਨ ਸੌਫਟਵੇਅਰ ਹੁਣ ਸਿਸਟਮ ਸੌਫਟਵੇਅਰ ਕਿਹੜੇ ਹੁੰਦੇ ਆ ਤੇ ਐਪਲੀਕੇਸ਼ਨ ਸੌਫਟਵੇਅਰ ਕਿਹੜੇ ਹੁੰਦੇ ਆ ਸਿਸਟਮ ਸੌਫਟਵੇਅਰ ਕੀ ਹੈ ਤੁਹਾਡੀ ਤੁਹਾਡੀ ਆਪਰੇਟਿੰਗ ਸਿਸਟਮ ਦੀ ਜਾਂ ਤੁਹਾਡੇ ਸਿਸਟਮ ਦੀ ਤੁਹਾਡੀ एफिशिएंसी नु इनहांस करदे है मीन टू से ਤੁਹਾਡੀ ਜਿਹੜੀ ਕਪੈਸਿਟੀ ਹੈ ਕਪੈਸਿਟੀ ਮਤਲਬ ਸਪੀਡ ਹੈ ਉਹ ਹਾਈ ਕਰਦੇ ਹੈ ਠੀਕ ਹੈ ਉਹ ਸੌਫਟਵੇਅਰ ਜਿਹੜੇ ਤੁਹਾਡੇ ਆਪਣੇ ਕੀ ਕਹਿੰਦੇ ਹੁੰਦੇ ਹੈ ਸਪੀਡ ਨੂੰ ਐਕਸੈਸ ਕਰਦੇ ਹੈ ਤੇ ਸਪੀਡ ਨੂੰ ਅੱਛਾ ਬਣਾਉਂਦੇ ਹੈ ਤੁਹਾਡੇ ਕੰਪਿਊਟਰ ਨੂੰ ਹੁਣ ਆਪਾਂ ਦੇਖਦੇ ਹੈ ਸਿਸਟਮ ਸੌਫਟਵੇਅਰ ਇਜ਼ ਰਿਸਪੌਂਸਿਬਲ ਫॉर ਕੰਟਰੋਲਿੰਗ ਇੰਟੀਗ੍ਰੇਟਿੰਗ ਮੈਨੇਜਿੰਗ ਇੰਡੀਵਿਜੂਅਲ ਹਾਰਡਵੇਅਰ ਕੰਪੋਨੈਂਟ ਆਫ ਦੀ ਕੰਪਿਊਟਰ ਸਿਸਟਮ ਸੋ ਥੈਟ ਅਦਰ ਸੌਫਟਵੇਅਰ ਐਂਡ ਯੂਜ਼ਰ ਆਫ ਦੀ ਸਿਸਟਮ सी इट्स फंक्शनल यूनिट विदाउट हैविंग टू बी कंसर्न विद लो लैवल डिटेल्स सच इज ट्रांसफरेंट डाटा फ्रॉम मैमरी टिस्क और रेंटिंग टैक्स ऑन टू डिस्प्ले जरनी सिस्टम सॉफ्टवेयर कंसिट ऑफ ऑपरेटिंग सिस्टम एंड सम फंडामेंटल यूटिलिटी लाइज डिस्क फॉरमेट फाइल मैनेजर डिस्पले मैनेजर टैक्स अडिटर ए मतलब की हैम सॉफ्टवेयर जोड़ी सिस्टम की एफिशियंसी इनहांस करपल वर्ड के ठीक है ऑपरेटिंग सिस्टम हो गया ठीक तो है इदा के होंगे तो जोड़े टैक्स ऑडिटर हो गए टैक्सट ऑडिटर भी है ठीक तो है जी डिस्कू फॉर्मेट करना थोड़ी तो जो डिस्क ड्राइव में डिफ्रैगमेंट करना ठीक है दीज आर द टाइप्स ऑफ आर द पार्ट ऑफ सिस्टम सॉफ्टवेयर हूँ आप अगर गल करते हैं एप्लीकेशन एप्लीकेशन सॉफ्टवेयर किसी खास परपज़ किसी खास टास्क देना एप्लीकेशन यूज़ कर रहे लाइक जो आप टैक्सट का काम करना है आप एस वर्ड यूज़ करा अगर आपको कैलकुलेशन का काम करना है उसका माइक्रोसॉफ्ट ਐਕਸਲ ਨੂੰ ਯੂਜ਼ ਕਰਾਂਗੇ ਠੀਕ ਹੈ ਅਗਰ ਸਲਾਈਡਸ ਦਾ ਕੰਮ ਕਰਨਾ ਹੈਗਾ ਤਾਂ ਅਗਰ ਆਪਾਂ ਨੇ ਮਾਈਕਰੋਸਾਫਟ ਪਾਵਰ ਪੁਆਇੰਟ ਨੂੰ ਯੂਜ਼ ਕਰਾਂਗੇ ਥੀਸ ਆਰ ਦਾ ਐਪਲੀਕੇਸ਼ਨ ਸੌਫਟਵੇਅਰ ਐਪਲੀਕੇਸ਼ਨ ਸੌਫਟਵੇਅਰ ਲਾਈਕ ਡਾਟਾਬੇਸ ਕੁਝ ਵੀ ਜਿਹੜਾ ਵੀ ਤੁਸੀਂ ਕਿਸੇ ਖਾਸ ਪਰਪਸ ਦੇ ਲਈ ਕੰਮ ਕਰ ਰਹੇ ਹੋ ਟੈਕਸ ਰੈਡਿਟਰ ਤਾਂ ਉਹ ਤੁਹਾਡੇ ਸਿਸਟਮ ਸੌਫਟਵੇਅਰ ਸੀ ਇਸ ਦੇ ਵਿੱਚ ਕੀ ਤੁਹਾਡਾ ਮਾਈਕਰੋਸਾਫਟ ਵਰਡ ਆ ਜਾਏਗਾ ਪਾਵਰ ਪੁਆਇੰਟ ਆ ਜਾਏਗਾ ਠੀਕ ਹੈ ਜੀ ਆਫਿਸ ਆ ਜਾਏਗਾ ਆਫਿਸ ਸਾਰੇ ਆ ਜਾਏਗਾ ਸਪਰੈਡਸ਼ੀਟ ਡਾਟਾਬੇਸ ਥੀਸ ਆਰ ਦਾ ਐਪਲੀਕੇਸ਼ਨ सॉफ्टवेयर ठीक है जी देखो एग्जाम्पल भी तो स्थे 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 स्थे। दी हुई है कि पहले एग्जाम्पल सिस्टम सॉफ्टवेयर की माइक्रोसॉफ्ट विंडो होगी लिनिक्स होगी जूनिक्स होगी मैको एस हो गया डॉस हो गया दीज आर द ऑपरेटिंग सिस्टम्स ठीक है जी एप्लीकेशन सॉफ्टवेयर के वैब ब्राउजर हो गया माइक्रोसॉफ्ट वर्ल्ड हो गया माइक्रोसॉफ्ट एक्सल हो गया माई एस जो डेटाबेस वास्ते यूज़ कर रहे हैं माइक्रोसॉफ्ट पावर पॉइंट हो गया ठीक है जी अडोप फोटो जी भी खास परपज़ यूज़ करते होकेशन सॉफ्टवेयर होंगे ਠੀਕ ਹੈ ਸਿਸਟਮ ਸੌਫਟਵੇਅਰ ਤੁਹਾਡਾ ਡਿਪੈਂਡ ਕੀਤੇ ਹੁੰਦਾ ਕਹਿੰਦੇ ਸਿਸਟਮ ਸੌਫਟਵੇਅਰ ਕੈਨ ਰਨ ਇੰਡੀਪੈਂਡੈਂਟਲੀ ਆਫ ਦੀ ਐਪਲੀਕੇਸ਼ਨ ਸੌਫਟਵੇਅਰ ਇਹ ਜਿਹੜਾ ਸਿਸਟਮ ਸੌਫਟਵੇਅਰ ਹੈ ਉਹ ਤੁਹਾਡੇ ਐਪਲੀਕੇਸ਼ਨ ਸੌਫਟਵੇਅਰ ਤੇ ਡਿਪੈਂਡੈਂਟ ਨਹੀਂ ਹੋਏਗਾ ਇਹ ਖੁਦ ਕੰਮ ਕਰਨਾ ਹੈ ਇਹਦਾ ਸਿਸਟਮ ਦੀ ਐਫੀਸ਼ੀਐਂਸੀ ਨੂੰ ਇਨਹਾਂਸ ਕਰਨਾ ਹੈ ਜਿਹੜਾ ਐਪਲੀਕੇਸ਼ਨ ਸੌਫਟਵੇਅਰ ਹੈ ਤੁਹਾਡਾ ਕੈਨ ਨਾਟ ਰਨ ਵਿਦਆਊਟ ਦਾ ਪ੍ਰੈਜ਼ੈਂਸ ਆਫ ਦੀ ਸਿਸਟਮ ਸੌਫਟਵੇਅਰ ਅਗਰ ਤੁਹਾਡਾ ਸਿਸਟਮ ਸੌਫਟਵੇਅਰ ਹੈ ਨਹੀਂ ਤੁਹਾਡੇ ਕੋਲ ਤਾਂ ਸਿਸਟਮ ਚ ਤੁਹਾਡਾ ਐਪਲੀਕੇਸ਼ਨ ਸੌਫਟਵੇਅਰ ਨਹੀਂ ਚੱਲੇਗਾ ਕਿਉਂਕਿ ਐਪਲੀਕੇਸ਼ਨ ਸੌਫਟਵੇਅਰ ਨੂੰ ਇੱਕ ਪਲੇਟਫਾਰਮ ਚਾਹੀਦਾ ਠੀਕ ਹੈ ਜੀ ਅਗਰ ਉਹ ਨੂੰ ਪਾਰਟਿਕਲ ਪਲੇਟਫਾਰਮ ਮਿਲੇਗਾ ਤਾਂ ਹੀ ਉਹ ਉਸ ਤੇ ਵਰਕ ਕਰ ਸਕੂਗਾ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਯੂਨਿਟ ਆਫ ਮੇਜ਼ਰਮੈਂਟ ਸਟੋਰੇਜ ਮੇਜ਼ਰਮੈਂਟ ਜਿਵੇਂ ਕਿ ਆਪਾਂ ਹੁਣ ਦੇਖਦੇ ਆ ਬਿਟ ਦੇ ਵਿੱਚ ਤੁਹਾਡਾ 1 KB ਕਿੰਨਾ ਹੁੰਦਾ ਹੈ 1024 ਬਾਈਟਸ 1 GB ਹੋ ਗਿਆ ਤੁਹਾਡਾ 124 MB MB ਠੀਕ ਹੈ ਜੀ 100 GB ਹੋਗਾ ਤੁਹਾਡਾ GB 1.24 ਮਾਗਾਵਾਟ ਥੀਸ ਆਰ ਦਾ ਕੈਲਕੂਲੇਸ਼ਨ ਆਫ ਦੀ ਯੂਨਿਟ ਮੈਜ਼ਰਮੈਂਟ ਇਹ ਬੇਸਿਕ ਹੈ ਤੁਹਾਡਾ ਰਜੇ ਇਸ ਦੇ ਵਿੱਚ ਤੁਸੀਂ ਦੇਖੋਗੇ ਤੁਸੀਂ ਚਾਰਟ ਬਣਿਆ ਹੋਇਆ ਵੀ 1 GB ਦੇ ਵਿੱਚ ਕਿੰਨੇ MB ਹੁੰਦੇ ਆ 1 MB ਦੇ ਵਿੱਚ ਕਿੰਨੇ KB ਹੁੰਦੇ ਆ ਤੇ 1 GB ਚ ਕਿੰਨੇ MB ਹੁੰਦੇ ਆ ਠੀਕ ਹੈ ਜੀ ਤੇ 1 GB 1 TB ਚ ਕਿੰਨੇ GB ਹੁੰਦੇ ਆ ਠੀਕ ਹੈ ਕੈਲਕੂਲੇਸ਼ਨ ਹੈ ਤੁਸੀਂ ਇਸ ਨੂੰ ਆ ਫਰਦਰ ਮੋਰ ਦੇਖ ਸਕਦੇ ਹਾਂ ਠੀਕ ਹੈ ਜੀ ਕੰਪਿਊਟਰਸ ਕਲਾਸੀਫਿਕੇਸ਼ਨ ਕੰਪਿਊਟਰ ਨੂੰ ਆਪਾਂ ਕਿਹੜੇ ਕਿਹੜੇ ਹਿੱਸਾਂ ਜਮਾਣਦੇ ਹਾਂ ਕਿਹੜੇ ਕਿਹੜੇ ਮੇਨ ਕੰਪਿਊਟਰਸ ਹੁੰਦੇ ਆ ਹੁਣ ਆ ਪਹਿਲੀ ਗੱਲ ਕਰਦੇ ਆ ਪਰਸਨਲ ਕੰਪਿਊਟਰ ਪਰਸਨਲ ਕੰਪਿਊਟਰ ਜਿਹੜਾ ਆਪਾਂ ਯੂਜ਼ ਕਰਦੇ ਆ ਸਿੰਗਲ ਯੂਜ਼ਰ ਵਾਸਤੇ ਘਰ ਇਹ ਯੂਜ਼ ਕਰਦੇ ਆ ਕੋਈ ਆਪਾਂ ਪਰਸਨਲੀ ਕੰਮ ਕਰਨ ਵਾਸਤੇ ਨਾ ਇਹਦੇ ਵਾਸਤੇ ਕੀ ਕਹਿੰਦੇ ਆ ਪਰਸਨਲ ਕੰਪਿਊਟਰ ਹੈਜ਼ ਅ ਕੀਬੋਰਡ ਫਾਰ ਐਂਟਰਿੰਗ ਡਾਟਾ ਅ ਮੋਨਿਟਰ ਫਾਰ ਡਿਸਪਲੇਇੰਗ ਇਨਫੋਰਮੇਸ਼ਨ ਐਂਡ ਸਟੋਰੇਜ ਡਿਵਾਈਸ ਫਾਰ ਦੀ ਸੇਵਿੰਗ ਡਾਟਾ ਸਿੰਪਲ ਜ ਹਾਂ ਕਾਰਕ ਯੂਜ਼ ਕਰਦੇ ਆ ਪਰਸਨਲ ਕੰਪਿਊਟਰ ਹੁੰਦਾ ਜਿਹੜਾ ਆਪਾਂ ਉਸ ਵਿੱਚ ਉਸ ਨੂੰ ਕੀ ਕਹਿੰਦੇ ਆ ਇਹ ਤੁਹਾਡੀ ਪਹਿਲੀ ਟ੍ਰਾਂਸਫਰੇਸ਼ਨ ਦੂਸਰਾ ਕੋਲ ਤੁਹਾਡਾ ਵਰਕ ਸਟੇਸ਼ਨ ਇਹ ਵਰਕ ਸਟੇਸ਼ਨ ਤੁਹਾਡਾ ਲਾਈਕ ਐ ਤੁਹਾਡਾ ਪਰਸਨਲ ਕੰਪਿਊਟਰ ਦੀ ਤਰ੍ਹਾਂ ਹੀ ਹੁੰਦਾ ਹੈ ਵਰਕ ਸਟੇਸ਼ਨ ਲਾਈਕ ਐ ਪਰਸਨਲ ਕੰਪਿਊਟਰ ਬਟ ਇਟ ਹੈਜ਼ ਮੋਰ ਪਾਵਰਫੁਲ ਮਾਈਕਰੋ ਇਹਦੇ ਵਿੱਚ ਕੀ ਤੁਹਾਡੀ ਸਿਸਟਮ ਦੀ ਜਿਹੜੀ ਤੁਹਾਡੀ ਐਫੀਸ਼ੀਐਂਸੀ ਥੋੜੀ ਜਿਹੀ ਇਨਹਾਂਸ ਹੁੰਦੀ ਹੈ ਕੁਆਲਿਟੀ ਉਹਦੀ ਥੋੜੀ ਜਿਹੀ ਇਨਹਾਂਸ ਹੁੰਦੀ ਹੈ ਨੈਕਸਟ ਆਪਾਂ ਦੇਖਦੇ ਆ ਮਿਨੀ ਕੰਪਿਊਟਰ ਮਿਨੀ ਕੰਪਿਊਟਰ ਕੀ ਹੁੰਦਾ ਹੈ ਇਹਦੇ ਵਿੱਚ ਤੁਹਾਡੇ 10 ਤੋਂ 100 ਤੱਕ ਯੂਜ਼ਰ ਸਮਲਟੇਨੈਸ ਕੰਮ ਕਰ ਸਕਦੇ ਇੱਕੋ ਯੂਜ਼ਰ ਇੱਕੋ ਪਲੇਟਫਾਰਮ ਤੇ ਠੀਕ ਹੈ ਜੀ ਮੇਨਫ੍ਰੇਮ ਕੰਪਿਊਟਰ ਕੀ ਹੈ ਤੁਹਾਡਾ ਇਹ ਪਾਵਰਫੁਲ ਮਲਟੀ ਯੂਜ਼ਰ ਕੰਪਿਊਟਰ ਕੈਪेबल ਆਫ سپورਟਿੰਗ ਮੈਨੀ ਹੰਡਰਡ ਆਫ অর ਥਾਊਜ਼ੈਂਡਸ ਆਫ ਯੂਜ਼ਰ ਸਮਲਟੇਨੈਸ ਜਿਉਂ ਜਿਉਂ ਆਪਾਂ ਇਹਦੀ ਕਲਾਸੀਫਿਕੇਸ਼ਨ ਵਧਦੇ ਜਾਂਦੇ ਆ ਤੇ ਉਦੋਂ ਇਹਦੀ ਜਿਹੜੀ ਇੱਕੋ ਟਾਈਮ ਤੇ ਕਈ ਸਾਰੇ ਯੂਜ਼ਰ ਯੂਜ਼ ਕਰਨ ਦੀ ਸਮਰਥਾ ਵੀ ਵਧਦੀ ਜਾਂਦੀ ਹੈ ਠੀਕ ਹੈ ਸੁਪਰ ਕੰਪਿਊਟਰ ਜਿਉਂ ਜਿਉਂ ਆਪਾਂ ਇਹਦੀ ਕਲਾਸੀਫਿਕੇਸ਼ਨ ਵਧਦੀ ਜਾਂਦੀ ਹੈ ਦੀ ਸਟੋਰੇਜ ਵਧਦੀ ਜਾਂਦੀ ਹੈ ਦੀ ਐਫੀਸ਼ੀਐਂਸੀ ਵਧਦੀ ਜਾਂਦੀ यूजर पर सैमलटेनियस uh, भी बद ही जाती है अगले स सुपर कंप्यूटर एन एक्सट्रीमली फास्ट कंप्यूटर दैट कैन परफॉर्म हंड्रड ऑफ मिलियन ऑफ इंस्ट्रक्शन पर सैकेंड मैं तुमने दस्या ज्यों ज्यों आपकी क्लासीफकेशन अगे वे इसकी जी समर्था है इसकी जी कैलकुलेन स्पीड है इसकी जी एफिशियंसी है वो इनहांस होंगी जाएगी ठीक है जी ਤਾਂ ਇਹ ਸੀ ਕੰਪਿਊਟਰ ਕਲਾਸੀਫਿਕੇਸ਼ਨ ਪਹਿਲਾ ਹੈ ਪਰਸਨਲ ਕੰਪਿਊਟਰ ਦੂਸਰਾ ਵਰਕਸਟੇਸ਼ਨ ਤੀਸਰਾ ਮੀਨੀ ਕੰਪਿਊਟਰ ਚੌਥਾ ਮੇਨਫ੍ਰੇਮ ਕੰਪਿਊਟਰ ਐਂਡ ਪੰਜਵਾਂ ਹੈ ਸੁਪਰ ਕੰਪਿਊਟਰ ਹੁਣ ਨੈਕਸਟ ਤੁਹਾਡਾ ਲੈਪਟਾਪ ਐਂਡ smartphones ਕੰਪਿਊਟਰਸ ਇਹ ਹੁਣ ਤੁਹਾਨੂੰ ਪਤਾ ਹੀ ਹੈ ਲੈਪਟਾਪ ਕਲਾਸੀਫਿਕੇਸ਼ਨ ਨੇ ਕੰਪਿਊਟਰਸ ਦੀਆਂ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਜਿਵੇਂ ਕਿ ਲੈਪਟਾਪ ਹੋ ਗਿਆ ਨੈਟਬੁੱਕ ਹੋਗੀ ਮੋਬਾਈਲ ਡਿਵਾਈਸ ਜਿਹੜਾ ਤੁਸੀਂ ਯੂਜ਼ ਕਰਦੇ ਹੋ ਮੋਬਾਈਲ ਵੀ ਕਿਸੇ ਤਰ੍ਹਾਂ ਦਾ ਕੰਪਿਊਟਰ ਹੈ ਇਹਦੇ ਵਿੱਚ ਹਾ ਤੋ ਆਈ ਇਹਦੇ ਵਿੱਚ ਤੁਹਾਡੀ ኦਪਰੇਟਿੰਗ ਸਿਸਟਮ ਹੁੰਦਾ ਇਹਦੇ ਵਿੱਚ ਤੁਹਾਡੀ ਰੈਮ ਹ ਸਟੋਰੇਜ ਕੈਪੈਸਿਟੀ ਹੁੰਦੀ ਹੈ ਠੀਕ ਹੈ ਜੀ ਉਦੋਂ ਟੈਬਲੇਟ ਕੰਪਿਊਟਰ ਅੱਜ ਕੱਲ ਦੇ ਟਾਈਮ ਦੇ ਵਿੱਚ ਕਾਫੀ ਸਾਰੀਆਂ ਕੰਪਨੀਆਂ ਟੈਬਲੇਟ ਕੱਢਦੀਆਂ ਨੇ ਮਤਲਬ ਕੈਰੀ ਕਰਨਾ ਸੌਖਾ ਹੁੰਦਾ ਕੰਪਨੀ ਨੇ ਹੁੰਦਾ ਵੀ ਲੈਪਟਾਪ ਨੂੰ ਕੈਰੀ ਕਰਨਾ ਥੋੜਾ ਡਿਫਰੈਂਟ ਲੱਗਦਾ ਤੇ ਉਹਦੇ ਮੁਕਾਬਲੇ ਆਪਾਂ ਇੱਕ ਲਾਈਟ ਵੇਟ ਤੇ ਇੱਕ ਵਧੀਆ ਕਹਿੰਦੇ ਆ ਆਪਾਂ ਜਿਹਦਾ ਵਧੀਆ ਸਪੀਡ ਚ ਵਧੀਆ ਮੈਮਰੀ ਦੇ ਵਿੱਚ ਆਪਾਂ ਇੱਕ ਕਿਉਣਾ ਟੈਬਲੇਟ ਪੇਸ਼ ਕਰੀ ਅੱਜ ਕੱਲ ਬਹੁਤ ਸਾਰੀਆਂ ਟੈਬਲੇਟ ਚੱਲ ਰਹੀਆਂ ਠੀਕ ਹੈ ਜੀ smartphone ਆਪਾਂ ਆਲਰੇਡੀ ਯੂਜ਼ ਕਰ ਰਹੇ ਠੀਕ ਹੈ smartphone ਵੀ ਅੱਜ ਕੱਲ Android ਹੈ ਤੇ ਤੁਹਾਡਾ ਆਈਫੋਨ ਦੇ ਵਿੱਚ ਕੀ ਤੁਹਾਡਾ ਉਹ ਵੀ ਤੁਹਾਡਾ ਇੱਕ ਆਪਣਾ অপারেটিং ਸਿਸਟਮ ਹੈ ਠੀਕ ਹੈ ਜੀ ਉਹਦਾ অপারেটিং ਸਿਸਟਮ ਡਿਫਰੈਂਟ ਹੁੰਦਾ ਹੈ ਐਂਡਰੋਇਡ ਦਾ ਡਿਫਰੈਂਟ ਹੁੰਦਾ ਹੈ ਤੇ ਵਿੰਡੋ ਦਾ ਡਿਫਰੈਂਟ ਹੁੰਦਾ ਠੀਕ ਹੈ ਜੀ ਡਾਟਾ ਇਨਫੋਰਮੇਸ਼ਨ ਐਂਡ ਨੋਲੇਜ ਇਹ ਤੁਹਾਡਾ ਕੀ ਹੈ ਡਾਟਾ ਇਨਫੋਰਮੇਸ਼ਨ ਐਂਡ ਨੋਲੇਜ ਦੇਖੋ ਡਾਟਾ ਵੀ ਤੁਸੀਂ ਰੋ ਮਟੀਰੀਅਲ ਵਿੱਚ ਡਾਟਾ ਜਦੋਂ ਐਂਟਰ ਕਰਦੇ ਹੋ ਠੀਕ ਹੈ ਉਹ ਤੁਹਾਡਾ ਇੱਕ ਸਿੰਪਲ ਰੋ ਡਾਟਾ ਹੈ ਇਨਫੋਰਮੇਸ਼ਨ ਕੀ ਹੋਗੀ ਤੁਹਾਡੀ ਇਨਫੋਰਮੇਸ਼ਨ ਤੁਹਾਡੀ ਜਦੋਂ ਕੰਪਿਊਟਰ ਉਸ ਤੇ ਪ੍ਰੋਸੈਸ ਕਰਦਾ ਹੈ ਪ੍ਰੋਸੈਸ ਕਰਨ ਤੋਂ ਬਾਅਦ ਜਿਹੜਾ ਤੁਹਾਨੂੰ ਆਉਟਪੁੱਟ ਦਿੰਦਾ ਉਹ ਦੈਟ ਇਜ਼ 유ਸਫੁਲ ਇਨਫੋਰਮੇਸ਼ਨ ਐਂਡ ਨੋਲਿਜ ਨੋਲਿਜ ਇਜ਼ ਕਲੋਸਲੀ ਲਿੰਕ ਟੂ ਡੂਇੰਗ ਐਂਡ ਇੰਪਲਾਈਜ਼ ਨਾਓ ਹਾਊ ਐਂਡ ਅੰਡਰਸਟੈਂਡਿੰਗ ਜਿਹੜੀ ਉਸ ਤੇ ਆਪਾਂ ਕੋਈ ਆਉਟਪੁੱਟ ਲੈਨੇ ਆ ਉਸ ਤੇ ਆਪਾਂ ਕੀ ਡਿਸੀਜਨ ਲੈਨੇ ਆ ਠੀਕ ਹੈ ਜੀ ਉਸ ਦੇ ਅਕੋਰਡਿੰਗ ਉਸ ਦੇ ਅਕੋਰਡਿੰਗ ਕੀ ਆਪਾਂ ਡਿਸੀਜਨ ਲੈਨੇ ਆ ਕੀ ਆਪਾਂ ਅੱਗੇ ਉਸ ਤੇ ਅਕੋਰਡਿੰਗ ਚੱਲਦੇ ਆ ਉਹ ਤੁਹਾਡੀ ਹੋ ਗਈ ਨੋਲਿਜ characteristics of computer اگے ਆਪਾਂ ਕਰਦੇ ਆں کریکٹرسٹکس کمپیوٹر دی کی کی ہویاں اوਨੇ سپیڈ پہلا کی ہے سپیڈ ਦਾ کمپیوٹر ਕੈਨ ਪ੍ਰੋਸੈਸ ਡਾਟਾ ਵੈਰੀ ਫਾਸਟ ਐਟ ਦਾ ਰੇਟ ਆਫ ਮਿਲੀਅਨ ਆਫ ਇਨਸਟਰਕਸ਼ਨ ਤੁਸੀਂ ਸੋਚ ਨਹੀਂ ਸਕਦੇ کمپیوٹر ਇੰਨਾ ਤੇਜ਼ ਹੁੰਦਾ ਹੈ ਤੁਹਾਡੇ ਸੋਚਣ ਤੋਂ ਪਹਿਲਾਂ ਹੀ ਉਸ ਉਸ ਤੇ ਪ੍ਰੋਸੈਸ ਕਰਕੇ ਤੁਹਾਨੂੰ ਆਉਟਪੁੱਟ ਦੇ ਦਿੰਦਾ ਹੈ ਠੀਕ ਹੈ ਜੀ ਅ ਅੱਜ ਦੇ ਟਾਈਮ ਦੇ ਵਿੱਚ ਉਹਨੂੰ ਇਨਸਟਰਕਸ਼ਨ ਦੀ ਜ਼ਰੂਰਤ ਪੈਂਦੀ ਹੈ ਬਟ ਉਹਦੀ ਕੈਲਕੂਲੇਸ਼ਨ ਆ ਉਹ ਹਿਊਮਨਸ ਤੋਂ ਕਾਫੀ ਜ਼ਿਆਦਾ ਅੱਗੇ ਹੈ ਦੂਸਰਾ ਐਕਿਊਰਸੀ ਹੁਣ ਦੇਖੋ ਆਪਾਂ ਹਿਊਮਨ ਬੀਿੰਗ ਹੁੰਨੇ ਆ ਆਪਾਂ ਤੋਂ ਕਈ ਵਾਰ ਗਲਤੀ ਹੋ ਜਾਂਦੀ ਹੈ ਕਿਸੇ ਚੀਜ਼ ਦੀ ਬਟ ਜਿਹੜਾ ਕੰਪਿਊਟਰ ਹੈ ਜਿਵੇਂ ਉਹਨੂੰ ਇਨਸਟਰਕਸ਼ਨ ਮਿਲੇਗੀ ਉਹ ਹੁਬ ਹੋ ਉਹ ਮੇ ਕਰੇ ਚਾਹੇ ਉਹ ਤੋਂ ਇੱਕ ਵਾਰ ਕਰਾ ਲੋ ਚਾਹੇ ਉਹ ਤੋਂ 10 ਵਾਰ ਕਰਾ ਲੋ ਤੇ ਚਾਹੇ ਉਹ ਤੋਂ 1000 ਵਾਰ ਕਰਾ ਲੋ ਉਹਦੀ ਐਕਿਊਰੇਸੀ ਬਣੀ ਰਹੇਗੀ ਉਹਨੇ ਜੋ ਇੱਕ ਦਾ ਰਿਜ਼ਲਟ ਦਾ ਦੂਜੇ ਦਾ ਉਹੀ ਦੇਣਾ ਜਿਹੜੀ ਇੱਕ ਇਨਸਟਰਕਸ਼ਨ ਦਿੱਤੀ ਹੈ ਉਸੇ ਦਾ ਦੂਜੇ ਦਾ ਦੇਣਾ ਠੀਕ ਹੈ ਜੀ ਤੀਸਰਾ ਹੈ ਗੈਸ ਡਿਲੀਜੈਂਸ ਡਿਲੀਜੈਂਸ ਦਾ ਮਤਲਬ ਕੀ ਹੁੰਦਾ ਹੈ ਵੀ ਆਪਾਂ ਹੁਣ ਦੇਖੋ ਲਗਾਤਾਰ ਆਪਾਂ 2 ਘੰਟੇ ਕੰਮ ਕਰਦੇ ਤਾਂ ਆਪਾਂ ਥੱਕ ਜਾਂਦੇ ਆਪਾਂ ਨੂੰ ਰੈਸਟ ਦੀ ਜ਼ਰੂਰਤ ਹੈ ਇਸ ਦੇ ਵਿੱਚ ਕੰਪਿਊਟਰ ਨੂੰ ਕਦੇ ਕੋਈ ਰੈਸਟ ਦੀ ਜ਼ਰੂਰਤ ਨਹੀਂ ਠੀਕ ਹੈ ਜੀ ਬਟ ਉਹਨੂੰ ਪਾਵਰ ਸਪਲਾਈ ਮਿਲਦੀ ਰਹੇ ਬਸ ਉਹਨੀ ਉਦ ਲਈ ਕਾਫੀ ਹੈ ਬਾਕੀ ਜਿਹੜਾ ਟਾਇਰਨੈਸ ਹੈ ਉਹ ਕੰਪਿਊਟਰ 'ਚ ਨਹੀਂ ਆਂਦੀ ਠੀਕ ਹੈ ਜੀ ਦੂਸਰਾ ਤੀਸਰਾ ਹੈਗਾ ਸਟੋਰੇਜ ਕੈਪੇਬਿਲਿਟੀ ਸਟੋਰੇਜ ਕੈਪੇਬਿਲਿਟੀ 'ਚ ਤੁਸੀਂ ਦੇਖ ਸਕਦੇ ਹੋ ਹਾਰਡ ਡਿਸਕ ਹੋਗੀ ਜਿੰਨੀ ਤੁਹਾਨੂੰ ਲੋੜ ਹੁੰਦੀ ਹੈ ਉਹ ਨੂੰ ਤੁਸੀਂ ਐਕਸਟਰਨਲ ਲਗਾ ਸਕਦੇ ਹੋ ਵਰਸ ਅ ਇੱਕ ਹੁੰਦਾ ਹੈ ਵੀ ਤੁਸੀਂ ਇੱਕੋ ਟਾਈਮ ਦੇ ਵਿੱਚ ਕਈ ਸਾਰੇ ਪ੍ਰੋਗਰਾਮਸ ਨੂੰ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹ ਸੀ ਆਪਣੀ ਕੰਪਿਊਟਰ ਦੇ ਕੈਰੈਕਟਿਸਟਿਕਸ ਤੇ ਇਹ ਆਪਣੀ ਬੇਸਿਕ ਇਨਫੋਰਮੇਸ਼ਨ ਸੀ ਕੰਪਿਊਟਰ ਦੇ ਬਾਰੇ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਇਹ ਪਸੰਦ ਆਈ ਹੋਊਗੀ ਤੇ ਇਸ ਤੋਂ ਬਾਅਦ ਆਪਾਂ ਇਸ ਦੇ ਜਿਹੜੇ ਨੈਕਸਟ ਚੈਪਟਰ ਨੇ ਉਹ ਆਪਾਂ ਡਿਸਕਸ ਕਰਾਂਗੇ ਵੀਡੀਓ ਤੁਸੀਂ ਆਈ ਹੋਪ ਕਿ ਸਾਰੇ ਦੇਖੀ ਹੋਊਗੀ ਤਾਂ ਸਾਡੀ ਜਿਹੜੀ ਚੈਨਲ ਆ ਜਿਹੜਾ ਐਨਲਾਈਟਡ ਡੀਰੀ ਕਾਲਜ ਦਾ ਚੈਨਲ ਆ ਉਸ ਨੂੰ ਪਲੀਜ਼ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਲੇਟੈਸਟ ਇਨਫੋਰਮੇਸ਼ਨ ਨੋਟੀਫਿਕੇਸ਼ਨ ਦੇ ਜ਼ਰੀਏ ਮਿਲ ਸਕੇ ਧੰਨਵਾਦ